ਮਨਦੀਪ ਨੂੰ ਇੱਥੋਂ ਡਿਪੋਰਟ ਕੀਤਾ ਗਿਆ ਸੀਗਾ ਅਤੇ ਉਸ ਕਰਕੇ ਏਜੰਸੀਆਂ ਨੇ ਇੱਥੇ ਥੋੜ੍ਹਾ ਕੰਮ ਘੱਟ ਕੀਤਾ ਸਟੂਡੈਂਟ ਵਾਸਤੇ। ਕਿਹਾ ਵੀ ਜੋਬਨਦੀਪ ਕਰਕੇ ਕੰਮ ਘੱਟ ਗਿਆ, ਕੀ ਇਹ ਜੋਬਨਦੀਪ ਨੇ ਜਿਹੜਾ ਜੋਬਨਦੀਪ ਨੂੰ ਭੇਜਿਆ ਗਿਆ ਇਹ ਉਹਦੇ ਕਰਕੇ ਹੋਇਆ ਕਿ ਜੋਬਨਦੀਪ ਨੇ ਜਿਹੜੀ ਸਟੂਡੈਂਟਾਂ ਦੇ ਹੱਕ ਦੇ ਵਿੱਚ ਇਹ ਪਾਈ ਸੀ ਵੀ 20 ਘੰਟੇ ਤੋਂ ਜ਼ਿਆਦਾ ਕੰਮ ਹੋਣਾ ਚਾਹੀਦਾ, ਕਿ ਉਹਦੇ ਕਰਕੇ ਹੋਇਆ? ਨਹੀਂ, ਉਹਨਾਂ ਦਾ ਯਾਨੀ ਕਿ ਸਟੂਡੈਂਟ ਨੂੰ ਇੱਥੇ ਵੱਧ ਕੰਮ ਕਰਨਾ ਪੈਂਦਾ ਜੀ, ਫੀਸ ਨਹੀਂ ਨਿਕਲਦੀ, ਘਰ ਦਾ ਕਿਰਾਇਆ ਨਹੀਂ ਨਿਕਲਦਾ, ਵੱਧ ਕੰਮ ਕਰਨਾ ਪੈਂਦਾ, ਉਹਦਾ ਵਿੱਚ ਇਹਦਾ ਕੋਈ ਕਸੂਰ ਚਾਹ ਕੇ ਨਾ ਚਾਹ ਕੇ। ਹਾਂਜੀ ਹਾਂਜੀ, ਅਤੇ ਪਰ ਇੱਥੋਂ ਦੇ ਏਜੰਸੀਆਂ ਨੇ ਥੋੜ੍ਹਾ ਕੰਮ ਘੱਟ ਕਰਤਾ ਉਸ ਤੋਂ ਬਾਅਦ ਜੋਬਨਦੀਪ ਦੇ ਜਾਣ ਦੇ ਬਾਅਦ 'ਚ। ਹਾਂਜੀ, ਪਿੱਛੇ ਚੰਗੇ ਜੀ ਇੱਥੇ। ਕਿਉਂ ਕਿਉਂ ਇਹ ਗੱਲ ਕਿਉਂ ਕਹਿ ਰਹੇ ਹੋ? ਇਹ ਗੱਲ ਤਾਂ ਸਾਰਿਆਂ ਨੂੰ ਪੁੱਛੋ। ਜਦੋਂ ਆਪਾਂ 16 ਲੱਖ ਰੁਪਈਆ ਘੱਟੋ ਘੱਟ ਲੱਗ ਜਾਂਦਾ ਬੰਦੇ ਦਾ ਜੀ, ਠੀਕ ਹੈ ਜੀ, ਹਾਂਜੀ, ਅਤੇ 16 ਲੱਖ ਲਾ ਕੇ ਆਪਣਾ ਜੇ ਦਿਮਾਗ ਹੋਵੇ ਉੱਥੇ, ਹੈ ਨਾ, ਆਪਣੇ ਭੇਡ ਚਾਲ ਬਣੀ ਆ ਬਈ ਬੰਦੇ ਨੇ ਬਾਹਰ ਹੀ ਜਾਣਾ, ਚਲੋ ਪਲੱਸ ਟੂ ਕਰ ਲਈ ਹੁਣ ਆਪਣੇ ਜਵਾਕਾਂ ਦੀ ਤਾਂ ਚਲੋ, ਅਤੇ 16 ਲੱਖ 'ਚ ਆਪਾਂ ਕੁਛ ਵੀ ਧੰਦਾ ਖੋਲ੍ਹ ਸਕਦੇ ਹਾਂ ਉੱਥੇ, ਆਪਣਾ ਰੁਜ਼ਗਾਰ ਕੁਛ ਵੀ ਕਰ ਸਕਦੇ ਹਾਂ, ਚਲ ਰੋਟੀ ਖਾਣੀ ਆ 2 ਟਾਈਮ ਦੀ। ਹੁਣ ਇੱਥੇ ਆਪ ਹੀ ਵੇਖ ਲਓ ਤੁਸੀਂ, ਸਟੂਡੈਂਟ ਜਾਂ ਕੰਮ ਵੀ ਕਰਦੇ ਆ, ਕਾਲਜ ਵੀ ਜਾਂਦੇ ਆ, ਅਤੇ ਰੋਟੀਆਂ ਵੀ ਕਦੇ ਕਦੇ ਭੁੱਖੇ ਹੀ ਸੌ ਜਾਂਦੇ। ਹੁਣ ਜਿਵੇਂ ਹੁਣ ਵੇਖੋ, ਹੁਣ ਅਸੀਂ ਕੰਮ ਤੋਂ ਆਏ ਹਾਂ, ਸਾਡੇ ਕੱਪੜੇ ਤੁਹਾਨੂੰ ਦੱਸ ਰਹੇ ਹੋਣਗੇ, ਅਤੇ ਹੁਣ ਇੰਨੀ ਵੀ ਸਾਡੇ 'ਚ ਹਿੰਮਤ ਹੈ ਨਹੀਂ ਵੀ ਘਰੇ ਜਾ ਕੇ ਰੋਟੀਆਂ ਲਾ ਲਾਂਗੇ, ਬਸ ਘਰੇ ਜਾ ਕੇ ਡਿੱਗਣ ਦੀ ਕਰਾਂਗੇ, ਇਹਦੇ ਨਾਲ ਤਾਂ ਚੰਗੇ ਹੀ ਹੁੰਦੇ ਨਾ ਪੈਣੀ, ਰੋਟੀ ਤਾਂ ਚਾਹੀਦੀ ਖਾ ਲੈਂਦੇ ਹਾਂ। ਅਤੇ ਇੱਥੇ ਇੰਨਾ ਬਈ ਲੋਕਾਂ ਦਾ ਐਂ ਬਣਿਆ ਵਿਆ ਬਈ ਇੱਥੇ ਰਹੋ ਅਤੇ ਉੱਥੋਂ ਪੈਲੀਆਂ ਵੇਚ ਕੇ ਇੱਥੇ ਆ ਕੇ ਬਸ ਮੌਰਗੇਜ ਭਰੀ ਜਾਓ ਘਰਾਂ ਦੀਆਂ, ਘਰ ਲੈ ਕੇ ਨਾ ਆਪਦੇ ਘਰ ਹੁੰਦੇ ਆ, ਨਾ ਲੈਣ ਹੀ ਦੇਣੀ ਹੈ ਜਾਂ ਕੁਛ, ਇੱਥੇ ਆ ਬਸ ਭੇਡ ਝਾਲ ਹੈ ਇੱਕ ਹਿਸਾਬ ਦੀ। ਵਿਦੇਸ਼ੀ ਧਰਤੀ 'ਤੇ ਵਧੀਆ ਜ਼ਿੰਦਗੀ ਦਾ ਸੁਪਨਾ ਲੈ ਕੇ ਪਹੁੰਚ ਰਹੇ ਸਟੂਡੈਂਟਸ ਨੂੰ ਹੁਣ ਦਿਨ ਬ ਦਿਨ ਪਰੇਸ਼ਾਨੀਆਂ ਨਾਲ 2-4 ਹੋਣਾ ਪੈ ਰਿਹਾ। ਗੱਲ ਕੈਨੇਡਾ ਦੀ ਕਰੀਏ ਤਾਂ ਇੱਕ ਅੰਕੜੇ ਮੁਤਾਬਕ ਹਰ ਸਾਲ 1 ਲੱਖ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੀ ਧਰਤੀ 'ਤੇ ਪੜ੍ਹਾਈ ਕਰਨ ਲਈ ਲੱਖਾਂ ਰੁਪਏ ਦਾ ਖਰਚਾ ਕਰਕੇ ਪਹੁੰਚ ਰਹੇ ਹਨ, ਪਰ ਉੱਥੇ ਜਾ ਕੇ ਸਟੂਡੈਂਟਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕੈਨੇਡਾ ਵਿੱਚੋਂ ਪਿਛਲੇ ਦਿਨੀ 20 ਘੰਟਿਆਂ ਤੋਂ ਵੱਧ ਕੰਮ ਕਰਨ ਕਰਕੇ ਭਾਰਤ ਨੂੰ ਡਿਪੋਰਟ ਕੀਤੇ ਗਏ ਸਟੂਡੈਂਟ ਜੋਬਨਦੀਪ ਸੰਧੂ ਦੇ ਮਾਮਲੇ ਤੋਂ ਬਾਅਦ ਕੈਨੇਡਾ ਵਿੱਚ ਸਟੂਡੈਂਟਸ ਨੂੰ ਹੋਰ ਵੀ ਪਰੇਸ਼ਾਨ ਹੋਣਾ ਪੈ ਰਿਹਾ। ਸਾਡੇ ਸਹਿਯੋਗੀ ਭੁਪਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕਰਦਿਆਂ ਕੁਝ ਸਟੂਡੈਂਟਸ ਨੇ ਕਿਹਾ ਹੈ ਕਿ ਜੋਬਨਦੀਪ ਦੇ ਮਾਮਲੇ ਤੋਂ ਬਾਅਦ ਕੁਝ ਏਜੰਸੀਆਂ ਵਾਲੇ ਸਟੂਡੈਂਟਸ ਨੂੰ ਕੰਮ ਦੇਣ ਵਿੱਚ ਦਿੱਕਤਾਂ ਕਰ ਰਹੇ ਹਨ। ਬੱਚਿਆਂ ਮੁਤਾਬਕ ਕੰਮ ਪਹਿਲਾਂ ਹੀ ਘੱਟ ਹੈ ਅਤੇ ਹੁਣ ਕੁਝ ਏਜੰਸੀਆਂ ਵੱਲੋਂ ਕੰਮ ਨਾ ਦਿੱਤੇ ਜਾਣ ਕਰਕੇ ਸਟੂਡੈਂਟਸ ਲਈ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਕੀ ਨਾਮ ਹੈ ਬਾਈ ਜੀ ਆਪਣਾ? ਅਮਨਦੀਪ ਸਿੰਘ। ਅਮਨਦੀਪ ਜੀ, ਤੁਸੀਂ ਸਟੂਡੈਂਟ ਹੋ ਇੱਥੇ? ਨਹੀਂ, ਮੈਂ ਹੁਣ ਵਰਕ ਪਰਮਿਟ 'ਤੇ, ਪਹਿਲਾਂ ਸਟੱਡੀ 'ਤੇ ਆਇਆ। ਅਤੇ ਬੀਇੰਗ ਏ ਸਟੂਡੈਂਟ, ਤੁਸੀਂ ਕੀ ਸੋਚਦੇ ਹੋ ਵੀ ਜਦੋਂ ਤੁਹਾਨੂੰ ਮਾਪਿਆਂ ਨੇ ਇੱਥੇ 25-30 ਲੱਖ ਰੁਪਏ ਲਾ ਕੇ ਭੇਜਿਆ, ਅਤੇ ਤੁਸੀਂ ਉਸ 'ਤੇ ਖਰੇ ਉਤਰੇ ਹੋ? ਹਾਂਜੀ, ਖਰੇ ਉਤਰਨਾ ਹੌਲੀ ਹੌਲੀ, ਇੱਥੇ ਯਾਨੀ ਕਿ ਇੱਕ ਲੈਵਲ ਉੱਚਾ ਹੁੰਦਾ ਜੀ, ਪਹਿਲਾਂ ਬੇਸਿਕ ਤੋਂ ਆਉਂਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਹੌਲੀ ਹੁਣ ਯਾਨੀ ਕਿ ਕੰਮਾਂ 'ਤੇ ਲੱਗੇ ਹਾਂ ਵਰਕ ਪਰਮਿਟ ਤੋਂ ਬਾਅਦ, ਅਤੇ ਫਿਰ ਉਸ ਤੋਂ ਬਾਅਦ ਯਾਨੀ ਕਿ PR ਪਾ ਕੇ, ਅਤੇ ਫਿਰ ਯਾਨੀ ਕਿ ਆਪਣਾ ਸਭ ਕੁਝ। ਜਿਹੜੇ ਸਟੂਡੈਂਟ ਅੱਜ ਕੱਲ੍ਹ ਉੱਥੋਂ ਆ ਰਹੇ ਨੇ, ਹਾਂਜੀ, ਕੀ ਉਹਨਾਂ ਲਈ ਸੇਮ ਹੀ ਓਪਰਚੁਨਿਟੀਜ਼ ਨੇ ਵੀ ਕੰਮ ਕਾਰ ਲਈ ਕਿ ਹੁਣ ਮਤਲਬ ਘੱਟ ਚੁੱਕੀਆਂ ਨੇ? ਸੇਮ ਹੀ ਆ ਜੀ, ਤਾਂ ਇੱਦਾਂ ਨਹੀਂ ਘਟੀਆਂ ਹੈਗੀਆਂ, ਪਰ 1-2 ਹੈਗੀਆਂ ਏਜੰਸੀਆਂ ਯਾਨੀ ਕਿ, ਪਰ ਜਿਵੇਂ ਜੋਬਨਦੀਪ ਨੂੰ ਇੱਥੋਂ ਡਿਪੋਰਟ ਕੀਤਾ ਗਿਆ ਸੀਗਾ ਅਤੇ ਉਸ ਕਰਕੇ ਏਜੰਸੀਆਂ ਨੇ ਇੱਥੇ ਥੋੜ੍ਹਾ ਕੰਮ ਘੱਟ ਕੀਤਾ ਸਟੂਡੈਂਟ ਵਾਸਤੇ, ਪਰ ਚੱਲ ਰਿਹਾ ਫਿਰ ਵੀ। ਅਤੇ ਜਿਵੇਂ ਹੁਣ ਆਪਾਂ ਉੱਥੋਂ ਆ ਗਏ, ਹੁਣ ਜ਼ਿਆਦਾਤਰ ਲੋਕ ਕਹਿੰਦੇ ਵੀ ਜਿਹੜਾ ਸਟੂਡੈਂਟ ਇੱਥੇ ਆ ਗਿਆ ਉਹਨੇ ਪਿੱਛੇ ਨਹੀਂ ਮੁੜ ਕੇ ਝਾਕਣਾ, ਜੇ ਉਹ ਜਾਊਗਾ ਵੀ ਤਾਂ ਮਾਪਿਆਂ ਨੂੰ ਮਿਲਣ ਜਾਊ ਅਤੇ ਜਾਂ ਵਿਆਹ ਕਰਾਉਣ ਜਾਊ ਅਤੇ 3ਜੀ ਵਾਰੀ ਤਾਂ ਜ਼ਮੀਨ ਜਾਇਦਾਦ ਵੇਚਣੀ ਜਾਊਗਾ, ਇੱਥੇ ਉਹ ਇੱਥੇ ਹੀ ਰਹਿ ਕੇ ਰਾਜੀ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇੱਥੇ ਹੀ ਉਹ ਸਭ ਕੁਛ ਯਾਨੀ ਕਿ ਆਪਾਂ ਕਰ ਸਕਦੇ ਹਾਂ ਜੋ ਪੰਜਾਬ ਦੇ ਵਿੱਚ ਆਪਾਂ ਨਹੀਂ ਕਰ ਸਕਦੇ,
ਪੰਜਾਬ ਦੇ ਵਿੱਚ ਕੋਈ ਨੌਕਰੀ ਨਹੀਂ, ਇੱਥੇ ਸਭ ਕੁਛ ਹੈ ਜੀ। ਅਤੇ ਇਹਦੇ ਵਿੱਚ ਇਸੇ ਨੂੰ ਆਧਾਰ ਬਣਾ ਕੇ ਤੁਸੀਂ ਕਹਿ ਰਹੇ ਹੋ? ਹਾਂਜੀ, ਇਸੇ ਨੂੰ ਆਧਾਰ ਬਣਾ ਕੇ ਕਹਿ ਰਹੇ ਹਾਂ ਕਿ ਪੰਜਾਬ ਵਿੱਚ। ਅਤੇ ਜੇ ਕੱਲ੍ਹ ਨੂੰ ਪੰਜਾਬ 'ਚ ਬੈਠਾ ਤੁਹਾਡਾ ਮਾਂ ਪਿਓ ਇਹ ਗੱਲ ਸੋਚੇ ਵੀ ਅਸੀਂ ਬੱਚਾ ਇਸ ਕਰਕੇ ਥੋੜ੍ਹੀ ਭੇਜੇ ਵੀ ਸਾਡਾ ਬੱਚਾ ਹੀ ਸਾਡੇ ਇੱਥੋਂ ਚਲੇ ਜਾਵੇ, ਉਹਨੂੰ ਫਿਰ ਤੁਸੀਂ ਇਹਨੂੰ ਕਿਵੇਂ ਜਵਾਬ ਦਿਓਗੇ? ਮਾਂ ਬਾਪ ਦਾ ਇੱਥੇ ਬਣ ਜਾਂਦਾ ਜੀ, ਅਤੇ ਮਾਂ ਬਾਪ ਨੂੰ ਆਪਾਂ ਇੱਥੇ ਸੱਦ ਸਕਦੇ ਹਾਂ, ਅਤੇ ਇੱਥੇ ਆਪਣਾ ਘਰ ਲੈ ਕੇ ਆਪਦੀ ਫੈਮਿਲੀ ਇੱਥੇ ਵੀ ਬੁਲਾ ਸਕਦੇ। ਅਤੇ ਸਟੂਡੈਂਟ ਦੇ ਨਾਲ ਜਿਹੜਾ ਧੱਕਾ ਹੁੰਦਾ ਤੁਹਾਡੇ ਨਾਲ, ਕੋਈ ਇਹੋ ਜਿਹੀ ਘਟਨਾ ਹੋਈ ਆ ਵੀ ਕਦੇ ਤੁਹਾਨੂੰ ਪੱਗ ਕਰਕੇ ਵੀ ਬੱਸ 'ਚ ਚੜ੍ਹਨਾ ਦਿੱਤਾ ਗਿਆ ਹੋਵੇ, ਜਾਂ ਕੰਮ 'ਚ ਤੁਹਾਨੂੰ ਪ੍ਰੋਬਲਮ ਆਈ ਹੋਵੇ, ਜਾਂ ਪੈਸਾ ਧੇਲਾ ਤੁਹਾਡਾ ਨਾ ਦਿੱਤਾ ਹੋਵੇ ਕੰਮ ਕਰਾ ਕੇ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ? ਇੱਦਾਂ ਦੀ ਪ੍ਰੋਬਲਮ ਕੋਈ ਨਹੀਂ, ਇੱਥੇ ਸਿੱਖ ਧਰਮ ਨੂੰ ਯਾਨੀ ਕਿ ਰਿਸਪੈਕਟ ਪੂਰੀ ਕੀਤੀ ਜਾਂਦੀ ਆ। ਪਿਛਲੇ ਦਿਨੀ ਨਗਰ ਕੀਰਤਨ ਦੇ ਇੱਥੇ ਡਾਊਨ ਟਾਊਨ ਦੇ ਵਿੱਚ ਟੋਰਾਂਟੋ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜਾਂਦਾ ਸੀਗਾ, ਜਦੋਂ ਇੱਥੇ ਨਗਰ ਕੀਰਤਨ ਜਾਂਦਾ ਸੀਗਾ, ਉੱਥੇ ਉਹਨਾਂ ਨੇ ਝੰਡੇ ਨੀਵੇਂ ਕਰਕੇ ਰਿਸਪੈਕਟ ਕੀਤੀ ਹੈ ਇੱਥੋਂ ਇੱਕ। ਅਤੇ ਪਰ ਜਿਹੜਾ ਤੁਸੀਂ ਹੁਣ ਜਿਵੇਂ ਜੋਬਨਦੀਪ ਦਾ ਸਵਾਲ ਚੱਕਿਆ ਵੀ ਜੋਬਨਦੀਪ ਕਰਕੇ ਕੰਮ ਘੱਟ ਗਿਆ, ਕੀ ਇਹ ਜੋਬਨਦੀਪ ਨੇ ਜਿਹੜਾ ਜੋਬਨਦੀਪ ਨੂੰ ਭੇਜਿਆ ਗਿਆ ਇਹ ਉਹਦੇ ਕਰਕੇ ਹੋਇਆ ਕਿ ਜੋਬਨਦੀਪ ਨੇ ਜਿਹੜੀ ਸਟੂਡੈਂਟਾਂ ਦੇ ਹੱਕ ਦੇ ਵਿੱਚ ਇਹ ਪਾਈ ਸੀ ਵੀ 20 ਘੰਟੇ ਤੋਂ ਜ਼ਿਆਦਾ ਕੰਮ ਹੋਣਾ ਚਾਹੀਦਾ, ਕਿ ਉਹਦੇ ਕਰਕੇ ਹੋਇਆ? ਨਹੀਂ, ਉਹਨਾਂ ਦਾ ਯਾਨੀ ਕਿ ਸਟੂਡੈਂਟ ਨੂੰ ਇੱਥੇ ਵੱਧ ਕੰਮ ਕਰਨਾ ਪੈਂਦਾ ਜੀ, ਫੀਸ ਨਹੀਂ ਨਿਕਲਦੀ, ਘਰ ਦਾ ਕਿਰਾਇਆ ਨਹੀਂ ਨਿਕਲਦਾ, ਵੱਧ ਕੰਮ ਕਰਨਾ ਪੈਂਦਾ, ਉਹਦਾ ਵਿੱਚ ਇਹਦਾ ਕੋਈ ਕਸੂਰ ਨਹੀਂ, ਚਾਹੇ ਨਾ ਚਾਹੇ। ਹਾਂਜੀ ਹਾਂਜੀ, ਅਤੇ ਪਰ ਇੱਥੋਂ ਦੇ ਏਜੰਸੀਆਂ ਨੇ ਥੋੜ੍ਹਾ ਕੰਮ ਘੱਟ ਕਰਤਾ ਉਸ ਤੋਂ ਬਾਅਦ ਜੋਬਨਦੀਪ ਦੇ ਜਾਣ ਦੇ ਬਾਅਦ 'ਚ। ਹਾਂਜੀ ਹਾਂਜੀ, ਤੁਹਾਡਾ ਨਾਮ ਬਾਈ ਜੀ? ਗੁਰਪ੍ਰੀਤ ਸਿੰਘ। ਗੁਰਪ੍ਰੀਤ ਜੀ, ਜਦੋਂ ਪਹਿਲੀਆਂ ਤੋਂ ਤੁਸੀਂ ਸਟੂਡੈਂਟ ਹੋ? ਹਾਂਜੀ ਸਟੂਡੈਂਟ। ਕਿੰਨੀ ਦੇਰ ਹੋ ਗਈ ਇੱਥੇ ਆਇਆਂ ਨੂੰ? ਇੱਥੇ ਆਇਆਂ ਨੂੰ 1 ਸਾਲ ਹੋ ਗਿਆ। ਅਤੇ ਕਿੰਨੇ ਕੁ ਤੁਸੀਂ ਸੈਟੀਸਫਾਈ ਹੋ ਜੇ ਤੁਸੀਂ ਕੰਪੇਅਰ ਪਿੱਛੇ ਦੇਖੇ ਵੀ 25-30 ਲੱਖ ਤੁਸੀਂ ਇੱਥੇ ਲਾ ਕੇ ਆਏ ਸੀਗੇ, ਅਤੇ ਕਿੰਨਾ ਕੁ ਤੁਸੀਂ ਇਹਨੂੰ ਜਸਟੀਫਾਈ ਕਰਦੇ ਹੋ ਵੀ ਪਿੱਛੇ ਚੰਗੇ ਸੀ ਕਿ ਇੰਨਾ ਰੁਪਈਆ ਲਾਉਣ ਨਾਲ ਇੱਥੇ ਆ ਗਏ ਹੋ, ਪੜ੍ਹਾਈ ਕੀਤੀ, ਕੰਮ ਕਰ ਰਹੇ ਹੋ, ਜੋ ਵੀ ਆ ਤੁਹਾਡੇ ਵਿਊ ਦੱਸੋ। ਪਿੱਛੇ ਚੰਗੇ ਜੀ ਇੱਥੇ। ਕਿਉਂ ਕਿਉਂ ਇਹ ਗੱਲ ਕਿਉਂ ਕਹਿ ਰਹੇ ਹੋ? ਇਹ ਗੱਲ ਤਾਂ ਸਾਰਿਆਂ ਨੂੰ ਪੁੱਛੋ। ਜਦੋਂ ਆਪਾਂ 16 ਲੱਖ ਰੁਪਈਆ ਘੱਟੋ ਘੱਟ ਲੱਗ ਜਾਂਦਾ ਬੰਦੇ ਦਾ ਜੀ, ਠੀਕ ਹੈ ਜੀ? ਹਾਂਜੀ। ਅਤੇ 16 ਲੱਖ ਲਾ ਕੇ ਆਪਣਾ ਜੇ ਦਿਮਾਗ ਹੋਵੇ ਉੱਥੇ ਨਾ, ਆਪਣੇ ਭੇਡ ਚਾਲ ਬਣੀ ਆ ਵੀ ਬੰਦੇ ਨੇ ਬਾਹਰ ਹੀ ਜਾਣਾ, ਚਲੋ ਪਲੱਸ 2 ਕਰ ਲਈ ਹੁਣ ਆਪਣੇ ਜਵਾਕਾਂ ਦੀ ਤਾਂ ਚਲੋ, ਅਤੇ 16 ਲੱਖ 'ਚ ਆਪਾਂ ਕੁਛ ਵੀ ਧੰਦਾ ਖੋਲ੍ਹ ਸਕਦੇ ਉੱਥੇ, ਆਪਣਾ ਰੁਜ਼ਗਾਰ ਕੁਛ ਵੀ ਕਰ ਸਕਦੇ ਹਾਂ, ਚਲ ਰੋਟੀ ਖਾਣੀ ਆ 2 ਟਾਈਮ ਦੀ, ਹੁਣ ਇੱਥੇ ਆਪ ਹੀ ਵੇਖ ਲਓ ਤੁਸੀਂ, ਸਟੂਡੈਂਟ ਜਾਂ ਕੰਮ ਵੀ ਕਰਦੇ ਆ, ਕਾਲਜ ਵੀ ਜਾਂਦੇ ਆ, ਅਤੇ ਰੋਟੀਆਂ ਵੀ ਕਦੇ ਕਦੇ ਭੁੱਖੇ ਹੀ ਸੌ ਜਾਂਦੇ, ਹੁਣ ਜਿਵੇਂ ਹੁਣ ਵੇਖੋ ਹੁਣ ਅਸੀਂ ਕੰਮ ਤੋਂ ਆਏ ਹਾਂ, ਸਾਡੇ ਕੱਪੜੇ ਤੁਹਾਨੂੰ ਦੱਸ ਰਹੇ ਹੋਣਗੇ, ਅਤੇ ਹੁਣ ਇੰਨੀ ਵੀ ਸਾਡੇ 'ਚ ਹਿੰਮਤ ਹੈ ਨਹੀਂ ਵੀ ਘਰ ਜਾ ਕੇ ਰੋਟੀਆਂ ਲਾ ਲਾਂਗੇ, ਬਸ ਘਰ ਜਾ ਕੇ ਡਿੱਗਣ ਦੀ ਕਰਾਂਗੇ, ਇਹਦੇ ਨਾਲ ਤਾਂ ਚੰਗੇ ਹੀ ਹੁੰਦੇ ਨਾ ਪੈਣ ਜੀ, ਬਈ ਰੋਟੀ ਤਾਂ ਚਾਹੀਦੀ ਖਾ ਲੈਂਦੇ ਹਾਂ, ਅਤੇ ਇੱਥੇ ਇੰਨਾ ਬਈ ਲੋਕਾਂ ਦਾ ਐਂ ਬਣਿਆ ਹੋਇਆ ਬਈ ਇੱਥੇ ਰਹੋ ਅਤੇ ਉੱਥੋਂ ਪੈਲੀਆਂ ਵੇਚ ਕੇ ਇੱਥੇ ਆ ਕੇ ਬਸ ਮੌਰਗੇਜ ਭਰੀ ਜਾਓ ਘਰਾਂ ਦੀਆਂ, ਘਰ ਲੈ ਕੇ ਨਾ ਆਪਦੇ ਘਰ ਹੁੰਦੇ ਆ, ਨਾ ਲੈਣ ਹੀ ਦੇਣ ਨਹੀਂ ਇਹੋ ਜਿਹਾ ਕੁਛ ਇੱਥੇ ਆ, ਬਸ ਭੇਡ ਝਾਲ ਹੈ ਇੱਕ ਹਿਸਾਬ ਦੀ। ਅਤੇ ਜਿਵੇਂ ਹੁਣ ਉੱਥੇ ਕਿਹਾ ਜਾਂਦਾ ਵੀ ਜੀ ਜਿਹੜਾ ਇੱਥੇ ਚੱਲਿਆ ਗਿਆ ਉਹਨੇ ਮੁੜ ਕੇ ਇੱਥੇ ਦਾ ਰੁੱਖ ਨਹੀਂ ਕਰਨਾ ਵਾਪਸੀ ਦਾ, ਇਹਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ? ਇਹ ਤਾਂ ਜੀ ਹੁਣ ਜਿੰਨਾ ਕੁ ਮੈਂ ਮਿਲਿਆ ਜੀ ਆਪਦੇ 11 ਬਿੱਲੀਆਂ ਨੂੰ, ਇਹ ਸਾਡੇ ਤਾਂ ਹੈ ਨਹੀਂ ਗਾ ਜੀ, ਇਹ ਜਿਹੜੇ ਪਹਿਲਾਂ ਪੂਲਾਂ ਵਾਲੇ ਆਏ ਆ ਉਹ ਚੱਲ ਕਰਦੇ ਹੁਣ ਰਹਿੰਦੇ ਵੀ ਹੁਣ ਤੁਹਾਡੇ ਸਾਹਮਣੇ ਹੀ ਹੈ ਨਾ, ਪਰ ਆਪਾਂ ਤਾਂ ਇਹਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਵੀ ਮੁੜਨਾ ਨਹੀਂ ਗਾ ਪੰਜਾਬ ਵਾਲੀ ਗੱਲ ਕਦੇ ਵੀ ਹੈ ਨਹੀਂ। ਅਤੇ ਨਵੇਂ ਜਿਹੜੇ ਸਟੂਡੈਂਟ ਆ ਰਹੇ ਆ ਜਾਂ ਆਉਣ ਵਾਲੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹਨਾਂ ਲਈ ਕੰਮ ਕਾਰ ਹੈਗੇ ਆ ਇੱਥੇ ਕਿ ਜਾਂ ਤੁਹਾਨੂੰ ਪੜ੍ਹਾਈ ਦੇ ਅਕੋਰਡਿੰਗ ਜੋਬਾਂ ਮਿਲਦੀਆਂ ਨੇ, ਇਹ ਦੱਸੋ। ਪ੍ਰੋਪਰ ਤਾਂ ਨਹੀਂ ਮਿਲ ਰਹੀਆਂ ਜੀ, ਇੱਕ ਤੁਸੀਂ ਪਿੱਛੇ ਵੇਖਿਆ ਸੀਗਾ ਆਪਣਾ ਕੀ ਨਾਮ ਸੀ ਉਹਦਾ ਜਿਹੜਾ 20 ਘੰਟੇ ਵਾਲਾ ਸੀਗਾ, ਜੋਬਨਦੀਪ ਸਿੰਘ, ਹਾਂਜੀ, ਉਹਨੂੰ ਡਿਪੋਰਟ ਕੀਤਾ ਗਿਆ ਜੀ, ਅਤੇ ਕਿਤੇ ਮਿਲਦੀਆਂ ਵੀ ਕਿਤੇ ਨਹੀਂ ਮਿਲਦੀਆਂ ਜੀ, ਬਹੁਤ ਘੱਟ ਹੈ ਹੋਏ ਦੇਖਣ ਨੂੰ ਮਿਲਦਾ। ਅਤੇ ਪਰ ਜਿਵੇਂ ਹੁਣ ਪਿੱਛੇ ਤਾਂ ਫਿਰ ਵੀ ਉਵੇਂ ਜਿਵੇਂ ਤੁਸੀਂ ਆਏ ਸੀ ਜਾਂ ਪਹਿਲਾਂ ਵੀ ਆਏ ਸੀ ਜਾਂ ਗਾਹਾਂ ਵਾਲੇ 20 ਆਉਣਗੇ, ਹੋਰ ਤਾਂ ਉਵੇਂ ਲੱਗੀ ਹੋਈ ਆ ਭੱਜ ਨੱਠ ਲਾ ਕੇ 20-25-25 ਲੱਖ ਰੁਪਈਆ ਲਾਈ ਜਾਓ, ਇੱਥੇ ਆਈ ਜਾਓ, ਮੁੜ ਕੇ ਇੱਥੇ ਤੁਹਾਡੇ ਜਦੋਂ ਮਾਂ ਪਿਓ ਤੁਹਾਨੂੰ ਪਿੱਛੇ ਪੁੱਛਦੇ ਨੇ ਵੀ ਤੁਸੀਂ ਖੁਸ਼ ਹੋ, ਤੁਸੀਂ ਇਹਦਾ ਹੁਣ ਤੁਸੀਂ ਦੱਸੋ ਤੁਸੀਂ ਖੁਸ਼ ਹੋ? ਹਾਂਜੀ ਬਾਈ, ਵਧੀਆ, ਪੂਰੇ ਖੁਸ਼ ਹਾਂ ਜੀ।
ਜਿੱਦਾਂ ਕਿ ਆਪਾਂ ਇੰਡੀਆ ਦੇ ਵਿੱਚ ਬੰਦਾ ਨਾ ਕੁਛ ਨਹੀਂ ਕਰ ਸਕਦਾ ਕਿ, ਪਰ ਇੱਥੇ ਆ ਕੇ ਬੰਦਾ ਆਪਦੇ ਸਟੈਂਡ ਹੋ ਜਾਂਦਾ ਨਾ ਕਿ ਜੇ ਆਪਾਂ ਇੰਡੀਆ ਸੋਚ ਜੇ ਅੱਜ ਇੰਡੀਆ ਸੋਚਦੇ ਅੱਜ ਆਪਦੇ ਥੱਲੇ ਗੱਡੀਆਂ ਨਾ ਹੁੰਦੀਆਂ, ਤੁਸੀਂ ਆਪ ਹੀ ਜਾਣੇ ਜੇ ਆਪਾਂ ਆਪਦੀ ਮਿਹਨਤ ਨਾਲ ਕੰਮ ਕਰਦੇ ਹਾਂ ਨਾ ਆਪ ਕੰਮ ਕਰਾਂਗੇ ਫਿਰ ਹੀ ਇੱਥੇ ਕੁਝ ਅਚੀਵ ਹੋ ਸਕਦਾ, ਉਦੂ ਬਿਨਾਂ ਤਾਂ ਕੁਛ ਨਹੀਂ ਗਾ ਨਾ। ਜਿਵੇਂ ਜੇ ਕਹਿੰਦੇ ਜੇ ਤੰਗੀ ਕੱਟਾਂਗੇ ਫਿਰ ਹੀ ਸਿਖਿਆਈ ਆਉਣੀ ਆ, ਇਹ ਤਾਂ ਹੈਗੀ ਆ ਨਾ ਗੱਲ, ਬਾਕੀ ਉਹੀ 2-3 ਸਾਲ ਹੀ ਹੁੰਦੇ ਆ ਔਖੇ, ਬਾਅਦ 'ਚੋਂ ਤਾਂ ਵਧੀਆ ਸੌਖੇ ਦਿਨ ਆ ਹੀ ਜਾਂਦੇ ਆ, ਇਹ ਤਾਂ ਹਰੇਕ 'ਤੇ ਆਉਂਦੇ ਆ ਜੀ। ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਹਨਾਂ ਨੂੰ ਕੈਨੇਡਾ ਭੇਜਣ ਵਾਲੇ ਮਾਪਿਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿ ਲੱਖਾਂ ਰੁਪਏ ਲਗਾ ਕੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਆਪਣੇ ਤੋਂ ਦੂਰ ਵੀ ਭੇਜਿਆ ਅਤੇ ਉੱਥੇ ਜਾ ਕੇ ਵੀ ਉਹ ਪਰੇਸ਼ਾਨ ਹੋ ਰਹੇ ਹਨ, ਪਰ ਮਾਪੇ ਕਰ ਕੁਝ ਨਹੀਂ ਸਕਦੇ। ਲੋੜ ਹੈ ਦੇਸ਼ ਦੇ ਹਾਕਮਾਂ ਨੂੰ ਇਸ ਗੱਲ ਵੱਲ ਨੂੰ ਧਿਆਨ ਦੇਣ ਦੀ ਕਿ ਦੇਸ਼ ਦਾ ਨੌਜਵਾਨ ਵਿਦੇਸ਼ ਨਾ ਜਾ ਕੇ ਭਾਰਤ ਵਿੱਚ ਹੀ ਵਧੀਆ ਜ਼ਿੰਦਗੀ ਜੀ ਸਕੇ ਅਤੇ ਵਿਦੇਸ਼ਾਂ 'ਚ ਪੰਜਾਬ ਦੀ ਜਵਾਨੀ ਰੁਲਦੀ ਨਾ ਫਿਰੇ। ਬ੍ਰੈਂਪਟਨ ਕੈਨੇਡਾ ਤੋਂ ਕੈਮਰਾਮੈਨ ਭਵਿਸ਼ਪਾਲ ਸਿੰਘ ਬੈਂਸ ਦੇ ਨਾਲ ਭੁਪਿੰਦਰ ਸਿੰਘ ਗਰੇਵਾਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।